ਕੋਠਿਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਅੱਜ ਦੀ ਆਪਣੀ ਆਹ ਨਵੀਂ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਆ ਥੋੜੀ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਸਾਰੇ ਜਰੂਰ ਦੇਖਿਓ ਖਾਸ ਇਸ ਕਰਕੇ ਆ ਪਹਿਲੀ ਗੱਲ ਤਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਕੋਠੀਆਂ ਦੇਖਣ ਨੂੰ ਮਿਲਣਗੀਆਂ ਦੂਜੀ ਗੱਲ ਜਿੰਨੀਆਂ ਕੋਠੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਾਰੀਆਂ ਬਾਹਰ ਗਏ ਮਾਲਕਾਂ ਦੀਆਂ ਸਾਰੀਆਂ ਐਨ ਆਰ ਆਈ ਕੋਠੀਆਂ ਨੇ ਸਾਰੀਆਂ ਆਪਾਂ ਗੱਲ ਆਪਣੇ ਚੈਨਲ ਦਾ WhatsApp ਨੰਬਰ ਜਰੂਰ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ 7814038764 ਕਿਸੇ ਵੀ ਏਰੀਆ ਚੋਂ ਤੁਸੀਂ ਵੀ ਵੇਚਣੀ ਆਪਦੀ ਕੋਠੀ ਚਾਹੇ ਪਿੰਡ ਜਾਂ ਸ਼ਹਿਰ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਆਪਣੇ ਕੋਲੇ ਵਧੀਆ ਵੀਡੀਓ ਜਾਣਕਾਰੀ 10-15 ਫੋਟੋ ਆਪਣੇ WhatsApp ਨੰਬਰ ਤੇ ਭੇਜ ਦਿਓ ਜਲਦੀ ਹੀ ਅਡ ਬਿਲਕੁਲ ਫਰੀ ਦੇ ਵਿੱਚ ਆਪਾਂ ਲਗਾ ਦਾਂਗੇ ਹੁਣ ਆਪਾਂ ਕਰਾਂਗੇ ਕੋਠੀਆਂ ਦੀ ਗੱਲਬਾਤ ਪਹਿਲੀ ਕੋਠੀ ਤੁਸੀਂ ਦੇਖ ਰਹੇ ਹੋ ਤੇ ਕੋਠੀ ਦਾ ਪਹਿਲਾ ਬੈਡਰੂਮ ਸਾਰਾ ਇਹਨਾਂ ਨੇ ਕੰਮ ਵਗੈਰਾ ਕਰਵਾਇਆ ਹੋਇਆ ਜੇ ਆਪਾਂ ਕੋਠੀ ਦੀ ਗੱਲਬਾਤ ਕਰੀਏ ਤਾਂ ਬਹੁਤ ਸੋਹਣੀ ਆ ਕੋਠੀ ਹੈ ਤੇ ਸਾਰਾ ਕੰਮ ਮੇਨਟੇਨ ਇਹਨਾਂ ਨੇ ਕਰਵਾਇਆ ਹੋਇਆ ਜੀ ਡੈਕੋਰੇਸ਼ਨ ਵੀ ਵਧੀਆ ਕੀਤੀ ਹੋਈ ਹੈ ਬਾਕੀ ਪਰਦੇ ਵਗੈਰਾ ਸਾਰੇ ਇਹਨਾਂ ਨੇ ਲਵਾਏ ਹੋਏ ਆ ਵਧੀਆ ਸੈਲਫਾਂ ਨੇ ਬਾਕੀ ਤੁਸੀਂ ਦੇਖ ਰਹੋ ਜੀ ਜੇ ਆਪਾਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਮਾਰਬਲ ਪੱਥਰ ਲਗਵਾਇਆ ਹੋਇਆ ਜੀ ਰਗੜਾਈ ਸਾਰੀ ਕਰਵਾਈ ਹੋਈ ਹੈ ਲੋਬੀ ਤੁਸੀਂ ਦੇਖ ਲਓ ਲੋਬੀ ਵੀ ਪੂਰੀ ਵਧੀਆ ਹੈ ਕਾਫੀ ਵੱਡੀ ਆ ਜੀ ਤੇ ਸਾਰੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਕਲਰ ਵਧੀਆ ਹੋਇਆ ਸਾਰੇ ਕਿਤੇ ਜੀ ਆ ਗਿਆ ਜੀ ਦੂਜਾ ਕਮਰਾ ਇਨੂੰ ਆਪਾਂ ਬੈੱਡਰੂਮ ਵੀ ਬਣਾ ਸਕਦੇ ਹਾਂ ਬਾਕੀ ਸਟੋਰ ਰੂਮ ਵੀ ਬਣਾ ਸਕਦੇ ਆ ਜੀ ਆਪਣੀ ਮਰਜ਼ੀ ਆ ਉਹ ਠੀਕ ਹੈ ਜੀ ਬਾਕੀ ਪੱਥਰ ਵਗੈਰਾ ਇਹਦੇ ਵਿੱਚ ਵੀ ਲੱਗਿਆ ਹੋਇਆ ਤੇ ਸਾਰੇ ਕਿਤੇ ਇਹਨਾਂ ਨੇ ਪੱਥਰ ਵਧੀਆ ਲਗਵਾਇਆ ਹੋਇਆ ਵਧੀਆ ਮਾਰਬਲ ਪੱਥਰ ਲੱਗਿਆ ਹੋਇਆ ਜਿਹੜਾ ਪੱਥਰ ਲੱਗਿਆ ਜੀ ਪੂਰਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਇੱਕ ਤਾਂ ਬੇਸੇ ਹੀ ਹੁੰਦਾ ਜੀ ਲੋ ਕੁਆਲਿਟੀ 'ਚ ਵੀ ਹੁੰਦਾ ਵੀ ਬਾਅਦ 'ਚ ਪੀਲਾ ਵੀ ਪੈਣ ਲੱਗ ਜਾਂਦਾ ਤੇ ਭੁਰਨ ਵੀ ਲੱਗ ਜਾਂਦਾ ਪਰ ਇਹਨਾਂ ਨੇ ਪੂਰਾ ਟੌਪ ਦਾ ਲਗਵਾਇਆ ਹੋਇਆ ਆ ਗਿਆ ਜੀ ਆਪਣਾ ਸੋਫੇ ਵਾਲਾ ਕਮਰਾ ਤੁਸੀਂ ਦੇਖੋ ਜੀ ਕਲਰ ਵਧੀਆ ਕਰਵਾਇਆ ਹੋਇਆ ਇਸੇ ਪਾਸੋਂ ਨਾ ਤਾਂ ਕੋਈ ਸਲਾਬ ਆਈ ਹੈ ਨਾ ਕੋਈ ਸਿਲਨ ਆਈ ਹੋਈ ਹੈ ਤੇ ਨਾ ਹੀ ਕੋਈ ਕਿਸੇ ਪਾਸੋਂ ਕਲਰ ਲਿਹਾ ਹੋਇਆ ਜੀ ਠੀਕ ਹੈ ਜੀ ਬਾਕੀ ਵਧੀਆ ਕੋਠੀ ਐ ਸੋਹਣੀ ਐ ਸਾਰੀ ਇਹਨਾਂ ਨੇ ਤਿਆਰ ਵੀ ਕਰਵਾਈ ਹੋਈ ਐ ਕਲਰ ਵਗੈਰਾ ਸਾਰਾ ਕੁਝ ਵਧੀਆ ਐ ਬਾਕੀ ਕਿਚਨ ਤੁਸੀਂ ਦੇਖ ਲਓ ਜੀ ਕਿਚਨ ਵੀ ਪੂਰਾ ਵਧੀਆਗਾ ਤੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੇ ਦੇਣਾ ਜੀ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਐ ਪੂਰੀ ਵਧੀਆ ਏਰੀਆ ਚ ਪਹੁੰਚੀ ਐ ਤੁਸੀਂ ਕਹਿੰਦੇ ਹੋ ਨਿਓ ਵੀ ਸਾਨੂੰ ਕੋਈ ਚੰਡੀਗੜ੍ਹ ਏਰੀਆ ਚੋਂ ਦੱਸੋ ਮੁਹਾਲੀ ਚੰਡੀਗੜ੍ਹ ਏਰੀਆ ਚੋਂ ਆ ਕੋਠੀ ਆਪਣੇ ਕੋਲੇ ਪਹੁੰਚੀ ਆ ਠੀਕ ਆ ਜੀ 6 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਆ ਤੇ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ 60 ਲੱਖ ਰੁਪਈਆ ਇਹਦੇ ਵਿੱਚ ਆਪਾਂ ਨੂੰ 3 ਬੈੱਡਰੂਮ ਦੇਖਣ ਨੂੰ ਮਿਲਣਗੇ 6 ਮਰਲੇ ਜਗ੍ਹਾ ਤੇ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਨੰਬਰ ਕਰ ਲਓ ਨੋਟ ਨੰਬਰ ਹੈ 964646711 ਤੇ ਪੀਜੀਆਈ ਹਸਪੀਟਲ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦੀ ਆਹ ਕੋਠੀ ਐ ਜੀ ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ। ਬਾਕੀ ਸਕਰੀਨ ਤੇ ਵੀ 2-3 ਵਾਰੀ ਨੰਬਰ ਲਿਖਿਆ ਹੁੰਦਾ ਹੁੰਦਾ ਜੀ। ਤੁਸੀਂ ਫੋਨ ਕਰ ਲਿਓ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਬਾਕੀ ਹੁਣ ਤੁਸੀਂ ਬੈਕ ਸਾਈਡ ਤੋਂ ਦੇਖ ਰਹੇ ਹੋ ਜੀ। ਬੈਕ ਸਾਈਡ ਇਹਨਾਂ ਨੇ ਬਾਥਰੂਮ ਵਗੈਰਾ ਬਣਾਇਆ ਹੋਇਆ ਤੇ ਕਾਫੀ ਸਪੇਸ ਆ ਬੈਕ ਸਾਈਡ ਵੀ। ਬਾਕੀ ਬਾਥਰੂਮ ਜਿਹੜਾ ਸਾਰਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਕੈਨੇਡਾ ਦੀ ਕੋਠੀ ਹੈ ਜੀ ਆਹ। ਮਤਲਬ ਕਿ ਕੈਨੇਡਾ ਜਾਣਾ ਇਹਨਾਂ ਨੇ ਤੇ ਤਾਂ ਕਰਕੇ ਸੇਲ ਕਰਨੀ ਅਸੀਂ। ਤੇ ਕੋਠੀ ਤੁਸੀਂ ਦੇਖ ਲਓ ਜੀ ਵਧੀਆ ਕੋਠੀ ਆ ਤੇ ਇਹਨਾਂ ਦਾ ਕੰਮ ਵਗੈਰਾ ਬਣ ਗਿਆ ਜੀ ਵੀਜ਼ਾ ਵਗੈਰਾ ਆ ਗਿਆ ਤੇ ਬਸ ਇਹਨਾਂ ਨੇ ਚੱਲ ਜਾਣਾ ਤੇ ਕੋਠੀ ਤੁਸੀਂ ਖਰੀਦਣੀ ਆ ਤਾਂ ਖਰੀਦ ਸਕਦੇ ਹੋ ਬਾਕੀ ਕੋਠੀ ਆ ਜਿਹੜੀ ਵਧੀਆ ਜਿਹੜਾ ਰੇਟ ਹੈ ਮੌਕੇ ਤੇ ਹੋ ਜੂਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਅਡਜਸਟਮੈਂਟ ਮੌਕੇ ਤੇ ਹੋ ਜੂਗੀ ਬਹਿ ਕੇ ਗੱਲਬਾਤ ਕਰ ਲਿਓ ਤੁਸੀਂ ਬਾਕੀ ਕੋਠੀ ਛੱਡਣ ਵਾਲੀ ਹੈ ਨਹੀਂ ਕਿਉਂਕਿ ਕੋਠੀ ਆ ਜਿਹੜੀ ਸੋਹਣੀ ਆ ਵੇੜਾ ਵੀ ਕਾਫੀ ਵੱਡਾ ਹੈਗਾ ਤੇ ਤੁਸੀਂ ਦੇਖ ਹੀ ਲਓ ਜੀ ਬੜਾ ਤਾਂ ਮੇਨ ਗੇਟ ਵਧੀਆ ਲੱਗਿਆ ਹੋਇਆ ਬਾਕੀ ਜੋੜੀਆਂ ਵਗੈਰਾ ਸਾਰੀਆਂ ਲਗੀਆਂ ਹੋਈਆਂ ਕਲਰ ਜੋੜੀਆਂ ਨੂੰ ਵੀ ਸਾਰਾ ਹੋਇਆ ਤੇ ਕੋਠੀਆਂ ਜਿਹੜੀ ਵਧੀਆ ਤੇ ਸਾਰਾ ਕੰਮ ਇਹਨਾਂ ਨੇ ਕਰਵਾਇਆ ਹੋਇਆ ਨੰਬਰ ਤੁਹਾਨੂੰ ਮੈਂ ਦੁਬਾਰਾ ਦੱਸ ਦੇਣਾ 964646711 ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਠੀਕ ਹੈ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਆਪਣੇ ਚੈਨਲ ਤੇ ਨਮੀ ਤੋਂ ਨਮੀ ਵੀਡੀਓ ਆਉਂਦੀ ਰਹਿੰਦੀ ਹੈ ਬਾਕੀ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਦੇਖਣ ਨੂੰ ਮਿਲਣਗੀਆਂ ਤੇ ਅੱਗੇ ਆਪਾਂ ਤੁਹਾਡੇ ਵਾਸਤੇ ਦੂਜੀ ਕੋਠੀ ਲੈ ਕੇ ਆ ਜੀ ਦੂਜੀ ਕੋਠੀ ਤੁਹਾਨੂੰ ਮੈਂ ਦਿਖਾ ਦਿੰਨੇ ਤੁਸੀਂ ਦੇਖੋ ਕਰਦੇ ਆਪਾਂ ਵੀਡੀਓ ਸ਼ੁਰੂ ਉਹਦੀ ਵੀ ਤੇ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੋਰਚ ਦੇਖ ਰਿਹਾ ਹਾਂ ਤੇ ਤੁਹਾਨੂੰ ਸਿੱਧਾ ਹੁਣ ਮੈਂ ਅੰਦਰ ਲੈ ਕੇ ਚੱਲਦਾ ਤੇ ਅੰਦਰੋਂ ਆਪਾਂ ਗੱਲਬਾਤ ਸਾਰੀ ਕਰਦੇ ਹਾਂ ਤੁਸੀਂ ਸਭ ਤੋਂ ਪਹਿਲਾਂ ਤਾਂ نیچے ਆਪਾਂ ਦੇਖੀਏ نیچے ਦੀ ਗੱਲਬਾਤ ਕਰੀਏ ਤਾਂ ਪੱਥਰ ਸਾਰਾ ਲੱਗਿਆ ਹੋਇਆ ਤੇ ਕੋਠੀ ਜਿਹੜੀ ਆ ਵੀ ਪੂਰੀ ਟੋਪ ਦੀ ਹੈ ਠੀਕ ਹੈ ਜੀ ਜਿਹੜੇ ਮਾਲਕ ਨੇ ਆਪ ਅਮਰੀਕਾ ਰਹਿੰਦੇ ਆ ਜੀ ਅਮਰੀਕਾ ਰਹਿੰਦੇ ਆ ਸਾਰੇ ਮਾਲਕ ਸਾਰਾ ਪਰਿਵਾਰ ਤਾਂ ਕਰਕੇ ਇਹਨਾਂ ਨੇ ਆਪਦੀ ਜਿਹੜੀ ਆ ਕੋਠੀ ਐ ਸੇਲ ਕਰਨੀ ਐ ਤੇ ਇਹਨਾਂ ਨੂੰ ਇੱਥੇ ਲੋੜ ਹੈ ਨਹੀਂ ਕੋਠੀ ਦੀ ਬਾਕੀ ਸਾਰੀ ਕੋਠੀ ਐ ਜਿਹੜੀ ਪੂਰੀ ਟੋਪ ਦੀ ਐ ਤੇ ਜੋੜੀਆਂ ਪੂਰੀਆਂ ਵਧੀਆ ਹੈਵੀ ਇਹਨਾਂ ਨੇ ਲਵਾਈਆਂ ਹੋਈਆਂ ਇਹਨਾਂ ਨੇ ਦੱਸਿਆ ਜੀ ਵੀ ਜਿਹੜੀਆਂ ਜੋੜੀਆਂ ਲੱਗੀਆਂ ਹੋਈਆਂ ਆ ਟਾਲੀ ਦੀ ਲੱਕੜ ਦੀਆਂ ਇਹਨਾਂ ਨੇ ਲਵਾਈਆਂ ਹੋਈਆਂ ਠੀਕ ਐ ਜੀ 17 ਮਰ ਲਈ ਜਗ੍ਹਾ ਦੇ ਵਿੱਚ ਆ ਕੋਠੀ ਬਣੀ ਹੋਈ ਐ ਇਹਦੇ ਵਿੱਚ ਦੋ ਬੈੱਡਰੂਮ ਦੋ ਬਾਥਰੂਮ ਲੌਬੀ ਕਿਚਨ ਪੋਰਚ ਤੇ ਗੱਡੀ ਵਾਸਤੇ ਆ ਕੁਛ ਬਣਿਆ ਹੋਇਆ ਤੇ ਆਪਣੇ ਕੋਲੇ ਕੋਠੀ ਆ ਜਲੰਧਰ ਏਰੀਆ ਚੋਂ ਪਹੁੰਚੀ ਆ ਜਿੰਨੇ ਤੁਸੀਂ ਦੇਖ ਰਹੋ ਜਲੰਧਰ ਏਰੀਆ ਚੋਂ ਆਪਣੇ ਕੋਲੇ ਕੋਠੀ ਪਹੁੰਚੀ ਆ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਖਰੀਦਣੀ ਹੋਵੇ ਜਾ ਕੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੋਂ ਬਾਕੀ ਇਹਨਾਂ ਨੇ ਬੈਡਰੂਮ ਚੋਂ ਵੀ ਵੀਡੀਓ ਬਣਾਈ ਆ ਸਾਰੇ ਕਿਤੋਂ ਵੀਡੀਓ ਬਣਾਈ ਆ ਤੇ ਜਿੰਨਾ ਵੀ ਡੈਕੋਰੇਸ਼ਨ ਦਾ ਕੰਮ ਹੈ ਜਿਵੇਂ ਕਿ ਕੰਦਾਂ ਦੇ ਵਿੱਚ ਆਪਣੇ ਚੜੇ ਹੁੰਦੇ ਸੀ ਬਣਾਏ ਹੁੰਦੇ ਆ ਸ਼ੀਸ਼ੇ ਵਾਲੇ ਫੋਟੋ ਵਗੈਰਾ ਰੱਖਣ ਨੂੰ ਇਹਨਾਂ ਨੇ ਆਪ ਦੀ ਲੱਕੜ ਨਾਲ ਬਣਵਾਏ ਹੋਇਆ ਆ ਕੋਈ ਲੱਕੜ ਇਹਨਾਂ ਨੇ ਲਿਆਂਦੀ ਨਹੀਂ ਜੀ ਆਪਦੀ ਲੱਕੜ ਸੀਗੀ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਜੀ ਸਾਰਾ ਕੁਝ ਤੇ ਕੋਠੀਆ ਜਿਹੜੀ ਪੂਰੀ ਟੌਪ ਦੀ ਹੈ ਜੀ ਗੱਲਬਾਤ ਇਹਦੀ ਆਪਾਂ ਸਾਰੀ ਕਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕੁਝ ਵੀ ਨਹੀਂ ਛੱਡਦੇ ਸਾਰੀ ਗੱਲਬਾਤ ਆਪਾਂ ਕਰਾਂਗੇ ਜੀ ਬਾਕੀ ਜਿਹੜੀ ਕੋਠੀ ਆ ਇਹਦੇ ਵਿੱਚ ਜਿੰਨਾ ਵੀ ਸਮਾਨ ਵਧੀਆ ਲੱਗਿਆ ਹੋਇਆ ਠੀਕ ਆ ਜੀ ਲੱਕੜ ਦਾ ਲੱਗਿਆ ਹੋਇਆ ਫਰਨੀਚਰ ਵਗੈਰਾ ਵਧੀਆ ਜੀ ਬਾਕੀ ਕਿਚਨ ਤੁਸੀਂ ਦੇਖ ਲਿਓ ਕਿਚਨ ਵੀ ਤੁਹਾਨੂੰ ਮੈਂ ਦਿਖਾਵਾਂਗਾ ਬਾਕੀ ਆ ਜਿਹੜੀਆਂ ਪੂੜੀਆਂ ਤੁਸੀਂ ਦੇਖ ਰਹੇ ਹੋ ਇਹਦੀ ਜਿਹੜੀ ਗ੍ਰਿੱਲ ਹੁੰਦੀ ਹੈ ਨਾ ਆਪਣੇ ਤਾਂ ਸਟੀਲ ਦੀ ਲੱਗੀ ਹੁੰਦੀ ਹੈ ਪਰ ਇਹਨਾਂ ਨੇ ਲੱਕੜ ਦੀ ਲਵਾਈ ਹੋਈ ਹੈ ਉਹ ਵੀ ਟਾਲੀ ਦੀ ਲੱਕੜ ਸੀ ਤੇ ਪਾਲਸ ਵਗੈਰਾ ਇਹਨਾਂ ਨੇ ਮਰਵਾਈ ਹੋਈ ਹੈ ਤੇ ਸਾਰੀ ਕੋਠੀਆ ਜੀ ਇਹਨਾਂ ਨੇ ਕਲਰ ਕਰਵਾਈ ਹੋਈ ਹੈ ਕਿਸੇ ਪਾਸੋਂ ਨਾ ਤਾਂ ਕਲਰ ਲੇਹਾ ਹੋਇਆ ਨਾ ਕੋਈ ਖਰਾਬ ਹੋਇਆਗਾ ਤੇ ਤੁਹਾਨੂੰ ਮੈਂ ਲੈ ਚੱਲਦਾ ਕਿਚਨ ਦੇ ਅੰਦਰ ਕਿਚਨ ਤੁਸੀਂ ਦੇਖ ਲਓ نیچے ਬਾਕਸ ਵਗੈਰਾ ਬਣੇ ਹੋਏ ਲੱਕੜਨ ਵਾਲਾ ਤੇ ਇੱਕ ਪਾਸੇ ਵਿੰਡੋ ਵੀ ਬਣੀ ਹੋਈ ਆ ਕੋਈ ਹਨੇਰਾ ਨਹੀਂ ਰਹਿੰਦਾ ਜੀ ਅੰਦਰ ਸਾਰਾ ਚੰਨਣ ਰੰਦ ਸਾਰੇ ਕਿਚਨ ਦੇ ਅੰਦਰ। ਬਾਕੀ ਤੁਸੀਂ ਦੇਖ ਰਹੋ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਤੇ ਸਾਰੀ ਸਪਲਾਈ ਜਿਹੜੀ ਇਹਨਾਂ ਨੇ ਕਰਵਾਈ ਹੋਈ ਹੈ ਕਿਚਨ ਦੇ ਅੰਦਰ ਤੇ ਜੋੜੀ ਵਗੈਰਾ ਤੁਸੀਂ ਦੇਖ ਲਓ ਜੀ। ਠੀਕ ਹੈ ਜੀ। ਬਾਕੀ ਪੱਥਰ ਵਧੀਆ ਲੱਗਿਆ ਹੋਇਆ ਕੋਠੀ ਸੋਹਣੀ ਹੈ। ਅਮਰੀਕਾ ਗਏ ਮਾਲਕ ਦੀ ਕੋਠੀ ਹੈ ਜੀ ਇਹਨਾਂ ਨੇ ਸੇਲ ਕਰਨੀ ਹੈ ਕਿਉਂਕਿ ਆਪ ਤਾਂ ਸਾਰੇ ਰਹਿੰਦੇ ਜੀ ਅਮਰੀਕਾ ਕਦੇ-ਕਦਾ ਆਉਣਾ ਹੁੰਦਾ। ਬੇਸੇ ਬੰਦ ਪਈ ਰਹਿੰਦੀ ਹੈ ਕੋਠੀ ਆ। ਤੇ ਆ ਤੁਸੀਂ ਦੇਖ ਰਹੇ ਹੋ ਡਰਾਈਂਗ ਰੂਮ ਆ ਗਿਆ ਕੋਠੀ ਦਾ। ਠੀਕ ਹੈ ਜੀ ਡਰਾਈング ਰੂਮ ਵੀ ਤੁਸੀਂ ਦੇਖ ਲਓ ਕਾਫੀ ਵੱਡਾ ਹੈਗਾ ਇਦਾਂ ਨੇ ਵੀ ਨਿੱਕਾ ਜਾਂ ਕਾਫੀ ਵੱਡਾ ਇਹਨਾਂ ਨੇ ਬੜਵਾਇਆ ਹੋਇਆ ਕੋਠੀ ਵੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਪੂਰੀ ਡਬਲ ਹੈ ਠੀਕ ਹੈ ਜੀ ਡਰਾਈング ਰੂਮ ਪੂਰਾ ਵਧੀਆ ਹੈ ਇਹ ਸੋਫੇ ਵਗੈਰਾ ਪਾਇਆ ਸੀ ਤਾਂ ਵੀ ਆਸੇ ਪਾਸੇ ਕਿੰਨੀ ਜਗਾਂਗੀ ਬਾਕੀ ਲਾਈਟਿੰਗ ਫਿਟਿੰਗ ਦਾ ਸਾਰਾ ਕੰਮ ਵਗੈਰਾ ਇਹਨਾਂ ਨੇ ਕਰਵਾਇਆ ਹੋਇਆ ਹੈ ਕੋਠੀ ਆ ਥੋੜੀ ਜਿਹੀ ਪੁਰਾਣੀ ਜ਼ਰੂਰ ਹੈ ਪਰ ਨਮੀ ਨੂੰ ਵੀ ਪਿੱਛੇ ਛੱਡਦੀ ਹੈ ਠੀਕ ਹੈ ਜੀ ਬਾਕੀ ਇਹਨਾਂ ਨੇ ਸਾਰੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਹੋਈ ਹੈ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਕਰੇ ਇਹਨਾਂ ਨੇ ਵੀਡੀਓ ਫੋਨ ਨੂੰ ਲੰਮਾ ਰੱਖ ਕੇ ਬਣਾਈ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਵਿਚਾਲੇ ਵਿਚਾਲੇ ਵੀਡੀਓ ਚੱਲ ਰਹੀ ਹੈ ਆਸੇ ਪਾਸੇ ਕਾਲੀ ਜਗ੍ਹਾ ਰਹਿ ਜਾਂਦੀ ਆਪਾਂ ਤਾਂ ਵੱਡੀ ਕਰਕੇ ਲਈ ਹੋਈ ਹੈ ਠੀਕ ਹੈ ਜੀ ਤੇ ਸਾਰੇ ਮੇਰੇ ਭਰਾਵਾਂ ਨੂੰ ਮੇਰੇ ਵੱਡੇ ਬਜ਼ੁਰਗਾਂ ਨੂੰ ਮੇਰੇ ਮਾਤਾ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਰਿਕਵੈਸਟ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਕੋਠੀ ਸੇਲ ਕਰਨ ਵਾਸਤੇ ਆਪਣੇ ਕੋਲ ਭੇਜ ਦਿਓ ਤਾਂ ਵੀਡੀਓ ਫੋਨ ਨੂੰ ਟੇਡਾ ਕਰਕੇ ਬਣਾਇਆ ਕਰੋ ਜੀ ਆ ਤਾਂ ਫੋਨ ਨੂੰ ਲੰਮਾ ਰੱਖ ਕੇ ਬਣਾਈ ਹੋਈ ਹੈ ਇੱਕ ਫੋਨ ਨੂੰ ਟੇਡਾ ਰੱਖ ਕੇ ਬਣਾਇਆ ਕਰੋ ਤੇ ਬਿਲਕੁਲ ਆਰਾਮ ਨਾਲ ਵੀਡੀਓ ਤਾਂ ਇਹਨਾਂ ਨੇ ਬਹੁਤ ਸੋਹਣੀ ਬਣਾਈ ਹੈ ਬਸ ਕਮੀ ਰਹੀ ਗਈ ਫੋਨ ਨੂੰ ਟੇਡਾ ਰੱਖਣ ਦੀ ਬਾਕੀ ਵੀਡੀਓ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਨੇ ਬਿਲਕੁਲ ਆਰਾਮ ਦੇ ਨਾਲ ਕੋਈ ਫੋਨ ਜ਼ਿਆਦਾ ਹਲਾਇਆ ਵੀ ਨਹੀਂ ਵਧੀਆ ਬਣਾਈ ਹੋਈ ਹੈ ਵੀਡੀਓ 'ਚ ਕੋਈ ਕਮੀ ਪੇਸ਼ੀ ਨਹੀਂ ਚੀ ਬਾਕੀ ਜਿਨ੍ਹਾਂ ਦੀ ਕੋਠੀ ਆ ਉਹਨਾਂ ਦਾ ਨੰਬਰ ਕਰ ਲਓ ਨੋਟ ਨੰਬਰ ਹੈ 9465506345 ਠੀਕ ਹੈ ਜੀ 22 ਲੱਖ ਰੁਪਿਆ ਮਾਲਕ ਮੰਗਦੇ ਆ ਪੈਸੇ ਮੰਗਦੇ ਆ ਜੀ ਰੇਟ ਰੱਖਿਆ ਇਹਨਾਂ ਨੇ ਬਾਕੀ ਫੋਨ ਤੁਸੀਂ ਕਰ ਲਿਓ ਨੰਬਰ ਤੁਹਾਨੂੰ ਮੈਂ ਦੇ ਦਾਂ ਠੀਕ ਹੈ ਜੀ 17 ਮਰਲੇ ਜਗ੍ਹਾ ਜਲੰਧਰ ਏਰੀਆ ਤੇ ਸਾਰਾ ਕੁਝ ਵਧੀਆ ਹੈ ਬਾਕੀ ਤੁਹਾਨੂੰ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਹੋਊਗਾ ਤੇ ਵੀਡੀਓ ਤੁਹਾਨੂੰ ਮੈਂ ਦਿਖਾਈ ਦਿੱਤੀ ਸਾਰੀ ਚੀਜ਼ ਹੁਣ ਤੁਹਾਨੂੰ ਮੈਂ ਅੱਗੇ ਦਿਖਾਉਣਾ ਚ ਇੱਕ ਹੋਰ ਕੋਠੀ ਲੈ ਕੇ ਆਪਾਂ ਅੱਗੇ ਤੁਹਾਡੇ ਵਾਸਤੇ ਜਿਹੜੀਆਂ ਕੋਠੀਆਂ ਜੀ ਆ ਇਹਨਾਂ ਨੇ ਨਵੀਂ ਬਣਵਾਈ ਹੋਈ ਹੈ ਤੇ ਮਾਲਕ ਆ ਕੋਠੀ ਦੇ ਵੀ ਬਾਰਨੇ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਏਰੀਆ ਦੱਸ ਦਿੰਦਾ ਇਹਨਾਂ ਦਾ ਏਰੀਆ ਦਸੂਆ ਦਸੂਏ ਦੇ ਨੇੜੇ ਇਹਨਾਂ ਦਾ ਪਿੰਡ ਹੈ ਇਹ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਦੋ ਬੈੱਡਰੂਮ ਨੇ 8.5 ਮਰਲੇ ਜਗ੍ਹਾ ਜੀ ਠੀਕ ਹੈ ਜੀ ਤੇ ਵਧੀਆ ਕੋਠੀ ਆ ਤੇ 18 ਲੱਖ ਰੁਪਏ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਕੋਠੀ ਨਵੀਂ ਤਿਆਰ ਹੋਈ ਹੈ ਤੇ ਥੋੜਾ ਬਹੁਤਾ ਕੰਮ ਪਿਆ ਵੀ ਹੈ ਜੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ نیچے ਫਰਸ਼ ਇਹਨਾਂ ਨੇ ਕੱਚਾ ਸਿਮਿੰਟ ਵਾਲਾ ਕੀਤਾ ਹੋਇਆ ਹੈ ਫਰਸ਼ ਇਹਨਾਂ ਨੇ ਵੈਸੇ ਬਣਵਾਇਆ ਸੀ ਜੇ ਆਪਾਂ ਖਰੀਦ ਕੇ ਆਪਾਂ ਟਾਈਲਾਂ ਚ ਪੱਥਰ ਲਗਾਉਣਾ ਹੋਵੇ ਉਹ ਆਪਣੀ ਮਰਜ਼ੀ ਹੈ ਵੈਸੇ ਇਹਨਾਂ ਨੇ ਤਾਂ ਸਿਮਿੰਟ ਵਾਲਾ ਬਣਵਾਇਆ ਹੋਇਆ ਹੈ ਬਾਕੀ ਤੁਸੀਂ ਦੇਖ ਰਹੇ ਹੋ ਕਿਚਨ ਵਗੈਰਾ ਤੁਸੀਂ ਦੇਖ ਲਿਆ ਸੀ ਤੇ ਕਮਰੇ ਵਗੈਰਾ ਤੁਸੀਂ ਦੇਖ ਲਈ ਠੀਕ ਹੈ ਜੀ ਬਾਕੀ ਲੋਬੀ ਪੂਰੀ ਵੱਡੀ ਹੈ ਡਬਲ ਹੈ ਪੂਰੀ ਖੁੱਲੀ ਹੈ ਕੋਠੀ ਜਮਾਂ ਨਮੀ ਤਿਆਰ ਹੋਈ ਹੈ ਜੀ ਹਾਂ ਤੇ ਇਹਨਾਂ ਨੇ ਰੇਟ 18 ਲੱਖ ਰੁਪਏ ਆਪਣੇ ਕੋਲੇ ਲਾ ਕੇ ਭੇਜੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਮਾਲਕ ਬਾਹਰ ਹੈ ਜੀ ਨੰਬਰ ਕਰ ਲਓ ਨੋਟ ਜਿਨ੍ਹਾਂ ਦੀ ਕੋਠੀ ਹੈ ਨੰਬਰ ਆ ਉਹਨਾਂ ਦਾ 79730 12299 ਦੁਬਾਰਾ ਫਿਰ ਤੋਂ ਬੋਲ ਦਿੰਨਾ 79 730 12299 ਆ ਨੰਬਰ ਇਹਨਾਂ ਦਾ ਤੇ ਬਾਕੀ ਗੱਲਬਾਤ ਕਰ ਲਿਓ ਤੁਸੀਂ ਤੇ ਖਰੀਦ ਸਕਦੇ ਹੋ ਆਹ ਕੋਠੀ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਦੱਸਿਓ ਜਰੂਰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਠੀ ਹੋਵੇ ਵੇਚਣ ਵਾਸਤੇ ਮਕਾਨ ਹੋਵੇ ਘਰ ਹੋਵੇ ਤਾਂ ਆਪਣਾ WhatsApp ਨੰਬਰ ਹਮੇਸ਼ਾ ਉੱਪਰ ਚੱਲਦਾ ਰਹਿੰਦਾ ਹੈ 78140 38764 ਆਪਣੇ ਕੋਲੇ ਪੂਰੀ ਵਧੀਆ ਵੀਡੀਓ ਸਾਰੀ ਜਾਣਕਾਰੀ ਸਾਰਾ ਕੁਝ ਭੇਜ ਦਿਓ ਜਲਦੀ ਐਡ ਆਪਾਂ ਤੁਹਾਡੀ ਲਗਾ ਦਾਂਗੇ ਜੀ ਬਾਕੀ ਕੋਠੀ ਦੀ ਗੱਲਬਾਤ ਹੋ ਰਹੀ ਹੈ ਵਧੀਆ ਦੇ ਵਿੱਚ ਡਰੈਂਗ ਰੂਮ ਬਣਿਆ ਹੋਇਆ ਇੱਕ ਪਾਸੇ ਤੁਸੀਂ ਦੇਖੋ ਜੀ ਤੇ ਬੈੜਾ ਵੀ ਹੈਗਾ ਜੀ ਕਾਫੀ ਵੱਡਾ ਤੇ ਫਰੰਟ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਜਿਹੜਾ ਮੇਨ ਇੰਟਰਸ ਹੈ ਆ ਲੋਬੀ ਦਾ ਉਹ ਇਹਨਾਂ ਨੇ ਪਿੱਛੇ ਹਟਾ ਕੇ ਬਣਾਇਆ ਹੋਇਆ ਜਿਹੜਾ ਕਾਫੀ ਸੋਹਣਾ ਲੱਗਦਾ ਹੈ ਤੇ ਇਧਰਲੇ ਪਾਸੇ ਬਾਹਰਲੀ ਸਾਈਡ ਇਹਨਾਂ ਨੇ ਬਾਥਰੂਮ ਤੇ ਟਾਇਲਟ ਬਣਾਇਆ ਹੋਇਆ ਆ ਸਾਰੇ ਦੋਮੇ ਤਿਆਰ ਕੀਤੇ ਹੋਏ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਟੂਟੀਆਂ ਵਗੈਰਾ ਸਾਰਾ ਕੁਝ ਵਧੀਆ ਜੀ ਬਾਕੀ ਜੋੜੀਆਂ ਸਾਰੀਆਂ ਇਹਨਾਂ ਨੇ ਲਵਾਈਆਂ ਹੋਈਆਂ ਬਾਥਰੂਮ ਤੇ ਟਾਇਲਟ ਨੂੰ ਤੇ ਇਹਨਾਂ ਨੇ ਵੀਡੀਓ ਵਧੀਆ ਆਪਣੇ ਕੋਲੇ ਬਣਾ ਕੇ ਭੇਜਿਆ ਸਾਰਾ ਕੁਝ ਇਹਨਾਂ ਨੇ ਦਿਖਾਇਆ ਜੀ ਤੇ ਹੁਣ ਆਪਾਂ ਕਰਾਂਗੇ ਅੱਗੇ ਇੱਕ ਹੋਰ ਕੋਠੀ ਦੀ ਗੱਲਬਾਤ ਕੋਠੀ ਜਿਹੜੀ ਆਹ ਬਹੁਤ ਜ਼ਿਆਦਾ ਵੱਡੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਆ ਕੋਠੀ ਦੀ ਗੱਲ ਕੁਝ ਅਲੱਗ ਹੀ ਹੈ ਕਿਉਂਕਿ ਕੋਠੀਏ ਜਮਾ ਨਾਮੀ ਇਹਨਾਂ ਨੇ ਤਿਆਰ ਕਰਵਾਈ ਹੈ ਤੇ ਇਹਨਾਂ ਨੇ ਜਾਣਿਆ ਜੀ ਵਾਰਤਾਂ ਕਰਕੇ ਸੇਲ ਕਰਨੀ ਹੈ ਕੋਠੀਏ ਜਿਹੜੀ ਮੂੰਹੋਂ ਬੋਲਦੀ ਹੈ ਮੂੰਹੋਂ ਕਿਵੇਂ ਬੋਲਦੀ ਹੁੰਦੀ ਹੈ ਤੁਸੀਂ ਆਪੇ ਦੇਖ ਲਓ ਜੀ ਮੇਨ ਇੰਟਰਸ ਬਿਲਕੁਲ ਸਾਹਮਣੇ ਆ ਕਾਫੀ ਵੱਡਾ ਪੋਰਚ ਆ ਗਿਆ ਜੀ ਪੋਰਚ ਮੇਨ ਇੰਟਰਸ ਦਾ ਇਹਨੂੰ ਪੋਰਚ ਇੱਕ ਤਰ੍ਹਾਂ ਦਾ ਕਹਿ ਸਕਦੇ ਤੇ ਅੱਗੇ ਇਹਨਾਂ ਨੇ ਜਗ੍ਹਾ ਨਹੀਂ ਦਿਖਾਈ ਪਰ ਅੱਗੇ ਵੀ ਕਾਫੀ ਜਗ੍ਹਾ ਇਹਨਾਂ ਨੇ ਛੱਡੀ ਹੋਈ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ ਮਤਲਬ ਕੀ ਆਪਣਾ ਬਿਹੜਾ ਵੀ ਮੰਨ ਸਕਦੇ ਹਾਂ ਤੇ ਇੱਕ ਪਾਸੇ ਕਾਰ ਤੇ ਮੋਟਰਸਾਈਕਲ ਜੋ ਵੀ ਆਪਣੀ ਮਸ਼ੀਨਰੀ ਹੁੰਦੀ ਹੈ ਖੜਾਉਣ ਵਾਸਤੇ ਬਣਾਇਆ ਹੋਇਆ ਉਹ ਤਾਂ ਪਹਿਲੇ ਨੰਬਰ ਤੇ ਇਹਨਾਂ ਨੇ ਦਿਖਾਈ ਦਿੱਤਾ ਸੀਗਾ। ਬਾਕੀ ਡਰਾਇੰਗ ਰੂਮ ਤੁਸੀਂ ਦੇਖ ਲਓ। ਬੈੱਡਰੂਮ ਵਗੈਰਾ ਵਧੀਆ ਬਣੇ ਹੋਏ ਨੇ ਤੇ ਬੈੱਡਰੂਮ ਦੇ ਵਿੱਚ ਅਟੈਚ ਆਪਾਂ ਨੂੰ ਮਿਲਣਗੇ ਬਾਥਰੂਮ। ਠੀਕ ਹੈ ਜੀ। ਲਗਭਗ ਹਰੇਕ ਬਾਥਰੂਮ ਦੇ ਨਾਲ ਮਤਲਬ ਕਿ ਹਰੇਕ ਬੈੱਡਰੂਮ ਦੇ ਨਾਲ ਬਾਥਰੂਮ ਆਪਾਂ ਨੂੰ ਮਿਲੂਗਾ ਮਿਲੂਗਾ। ਠੀਕ ਹੈ ਜੀ। ਤੇ ਕੋਠੀਆਂ ਜਿਹੜੀ ਇਹਨਾਂ ਨੇ ਸਾਰੀ ਦੀ ਸਾਰੀ ਤਿਆਰ ਕੀਤੀ ਹੋਈ ਆ ਵੀ ਇਦਾਂ ਨਹੀਂ ਹੈਗੀ ਵੀ ਥੋੜਾ ਬਹੁਤਾ ਕੰਮ ਰਹਿੰਦਾਗਾ ਏ ਟੂ ਜ਼ੈਡ ਕੱਲਾ ਕੱਲਾ ਕੰਮ ਇਹਨਾਂ ਨੇ ਸਾਰਾ ਤਿਆਰ ਕਰਵਾਇਆ ਹੋਇਆ ਲੋਬੀ ਤੁਸੀਂ ਦੇਖ ਲੂ ਬਹੁਤ ਵੱਡੀ ਲੋਬੀ ਆ ਤੇ ਲੋਬੀ ਦੀ ਜਿਹੜੀ ਛੱਤ ਹੈ ਉੱਪਰੋਂ ਇਹਨਾਂ ਨੇ ਸਾਰੀ ਜਿਹੜੀ ਤਿਆਰ ਕਰਵਾਈ ਹੋਈ ਹੈ ਉਹ ਤੁਹਾਨੂੰ ਮੈਂ ਦਿਖਾਉਂਗਾ ਅੱਗੇ ਤੁਹਾਨੂੰ ਦੇਖਣ ਨੂੰ ਵੀ ਮਿਲੂਗੀ ਜੀ ਬਾਕੀ ਸਾਰੀਆਂ ਜੋੜੀਆਂ ਵਗੈਰਾ ਇਹਨਾਂ ਨੇ ਲਾਈਆਂ ਹੋਈਆਂ ਇਕੱਲੀਆਂ-ਇਕੱਲੀਆਂ ਜੋੜੀਆਂ ਲੱਗਿਆ ਹੋਇਆ ਜੀ ਤੇ ਪਰਦੇ ਵਗੈਰਾ ਸਾਰੇ ਲਾਏ ਹੋਏ ਆ ਤੇ ਜਿੰਨੇ ਬਾਥਰੂਮ ਨੇ ਸਾਰੇ ਦੇ ਸਾਰੇ ਇਹਨਾਂ ਨੇ ਤਿਆਰ ਕੀਤੇ ਹੋਏ ਆ ਤੇ ਕੋਠੀ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਰੇ ਨੇ ਤੇ ਬਹੁਤ ਹੀ ਜ਼ਿਆਦਾ ਬਾਥਰੂਮ ਨੇ ਤੇ ਸਾਰੇ ਕਮਰੇ ਤਿਆਰ ਹੈ ਤੇ ਸਾਰੇ ਬਾਥਰੂਮ ਵੀ ਚੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰੇ ਵੀਡੀਓ ਆਪਾਂ ਦਿਖਾਵਾਂਗੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਤੁਸੀਂ ਤੇ ਜਿਹੜੀ ਆ ਕੋਠੀ ਆ ਸਾਰੀ ਇਹਨਾਂ ਨੇ ਕਲਰ ਕਰਵਾਈ ਹੋਈ ਆ ਕਲਰ ਜਮਾ ਨਮੀ ਹੋਈ ਆ ਕਿਉਂਕਿ ਨਮੀ ਕੋਠੀ ਆ ਤੇ ਕਲਰ ਵੀ ਨਵਾਂ ਹੀ ਹੈ ਠੀਕ ਹੈ ਜੀ ਬਾਕੀ ਆ ਗੱਲਾਂ ਆਮ ਖਾਸ ਆਪਾਂ ਨੂੰ ਪਤਾ ਹੀ ਹੁੰਦੀ ਐ ਸੀ ਤੇ ਇਹਦੀ ਜਿਹੜੀ ਆਪਣੇ ਕੋਲੇ ਜਾਣਕਾਰੀ ਪਹੁੰਚੀ ਆ ਉਹ ਤੁਹਾਨੂੰ ਮੈਂ ਦੱਸ ਦਿੰਨੇ ਜੀ ਜਿਹੜੀ ਕੋਠੀ ਆਪਣੇ ਕੋਲੇ ਆਹ ਪਹੁੰਚੀ ਆ ਠੀਕ ਹੈ ਜੀ ਇਹਦੇ ਵਿੱਚ ਟੋਟਲ ਆਪਾਂ ਨੂੰ 8 ਬੈੱਡਰੂਮ ਦੇਖਣ ਨੂੰ ਮਿਲਣਗੇ ਤੇ 8 ਹੀ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲਣਗੇ ਦੋ ਡਰਾਇੰਗ ਰੂਮ ਹੋਗੇ ਦੋ ਕਿਚਨ ਦੋ ਲੌਬੀਆਂ ਜੀ ਠੀਕ ਹੈ ਜੀ ਤੇ 36 ਮਰਲੇ ਜਗਾਂ ਦੇ ਵਿੱਚ ਕੋਠੀਆਂ ਆ ਬਣੀ ਹੋਈ ਹੈ ਜੀ 36 ਮਰਲੇ ਬਹੁਤ ਹੋ ਜਾਂਦੀ ਹੈ ਤੇ ਇਹ ਫਗਵਾੜੇ ਏਰੀਏ ਚੋਂ ਠੀਕ ਹੈ ਜੀ ਤੇ ਮਾਲਕ ਜਿਹੜੇ ਹੈਗੇ ਆ ਸਾਰੇ ਪਰਿਵਾਰ ਨੂੰ ਲੈ ਕੇ ਬਾਹਰ ਚੱਲੇ ਆ ਜੀ ਤਾਂ ਕਰਕੇ ਇਹਨਾਂ ਨੇ ਆਹ ਕੋਠੀਆਂ ਜਿਹੜੀ ਸੇਲ ਕਰਨੀ ਹੈ ਹੋਰ ਕੋਈ ਕਾਰਨ ਨਹੀਂ ਨਾ ਤਾਂ ਕੋਈ ਨੁਕਸ ਹੈ ਨਾ ਕੋਈ ਕਾਰਨ ਹੈ ਤੇ ਨਾ ਹੀ ਕੋਈ ਹੋਰ ਗੱਲਬਾਤ ਹੈ ਬਾਹਰ ਜਾਣ ਕਰਕੇ ਸੇਲ ਕਰਨੀ ਹੈ ਜਿੰਨੀਆਂ ਕੋਠੀਆਂ ਨੇ ਜਿੰਨੇ ਮਾਲਕ ਨੇ ਠੀਕ ਹੈ ਜੀ ਕਈ ਤਾਂ ਬਾਹਰ ਗਏ ਹੋਏ ਆ ਤੇ کئی ਵਾਰ ਰਹਿੰਦੇ ਆ ਤੇ ਕਈ ਜਾਣੇ ਜੀ ਬਾਕੀ ਉੱਪਰ ਤੁਹਾਨੂੰ ਲੈ ਕੇ ਆ ਗਏ ਆਪਾਂ ਉੱਪਰੋਂ ਤੁਸੀਂ ਦੇਖ ਲਓ ਬੈਡਰੂਮ ਵગેਰਾ ਤੁਸੀਂ ਦੇਖ ਲਓ ਸਾਰੇ ਕਿਤੇ ਇਹਨਾਂ ਨੇ ਫਲੋਰ ਟਾਈਲਾਂ ਲੁਵਾਈਆਂ ਹੋਈਆਂ ਕਲੀਆਂ ਕਲੀਆਂ ਵਧੀਆ ਕੁਆਲਿਟੀ ਦੀਆਂ ਤੇ ਫਗਵਾੜਾ ਇਹਨਾਂ ਦਾ ਏਰੀਆ ਜੀ ਬਾਰ-ਬਾਰ ਮੈਂ ਦੱਸ ਰਿਹਾ ਸੀ ਤੁਸੀਂ ਕਹਿੰਦੇ ਹੋ ਨੀ ਉਹ ਵੀ ਸਾਨੂੰ ਪਤਾ ਨਹੀਂ ਲੱਗਦਾ ਫਗਵਾੜਾ ਏਰੀਆ ਤੇ ਕੋਠੀਏ ਜਿਹੜੀ ਪੂਰੀ ਬਾਰ-ਬਾਰ ਬਣੀ ਹੋਈ ਹੈ ਤੇ ਪੂਰੀ ਵਧੀਆ ਘੈਂਟ ਗੱਲਬਾਤ ਹੈ ਜੀ बाकी ਆਪਾਂ ਨੂੰ ਜਾ ਕੇ ਜ਼ਿਆਦਾ ਪਤਾ ਲੱਗੂਆ ਠੀਕ ਹੈ ਜੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿੰਨਾਂ ਦੀ ਆ ਕੋਠੀ ਹੈ ਨੰਬਰ ਕਰ ਲਓ ਨੋਟ ਨੰਬਰ ਹੈ 62 841 72 868 ਦੁਬਾਰਾ ਫਿਰ ਤੋਂ ਬੋਲ ਦਿੰਦਾ 62 841 72 868 ਤੇ ਇਹਨਾਂ ਨੇ ਡਿਮਾਂਡ ਆਪਣੇ ਕੋਲੇ 1 ਕਰੋੜ 83 ਲੱਖ ਲਾ ਕੇ ਭੇਜੀ ਹੈ ਤੇ ਕਹਿੰਦੇ ਸੀਗੇ ਵੀ ਸਾਡਾ ਪੈਸਾ ਤਾਂ ਬਹੁਤ ਲੱਗਿਆਗਾ ਕੋਠੀ ਤੇ ਪਰ ਅਸੀਂ ਆ ਠੀਕ ਠਾਕ ਰੇਟ 'ਚ ਵੇਚ ਰਹੇ ਹਾਂ ਜੀ ਜਿੰਨਾ ਕ ਲੱਗਿਆ ਉਹ ਤੋਂ ਘੱਟ ਹੀ ਮੰਗ ਰਹੇ ਨੇ ਘੱਟ ਇਸ ਕਰਕੇ ਕਿਉਂਕਿ ਇਹਨਾਂ ਨੇ ਜਾਣੇ ਜੀ ਵਾਰਾ ਜਲਦੀ ਜਾਣੇ ਤਾਂ ਕਰਕੇ ਜੀ ਬਾਕੀ ਹੋਰ ਕੋਈ ਗੱਲਬਾਤ ਨਹੀਂ ਬਾਕੀ ਕਿਚਨ ਤੁਸੀਂ ਦੇਖ ਲਓ ਸਾਰਾ ਤਿਆਰ ਵਧੀਆ ਕਰਵਾਇਆ ਹੋਇਆ ਉੱਪਰੋਂ ਛੱਤਾਂ ਇਹਨਾਂ ਨੇ ਵਧੀਆ ਦਿਖਾਈਆਂ ਕੱਲੀ ਕੱਲੀ ਛੱਤ ਹੈ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਠੀਕ ਹੈ ਜੀ ਉੱਪਰ ਦਾ ਪੋਰਸ਼ਨ ਵੀ ਤੁਸੀਂ ਦੇਖ ਲਓ ਤੇ نیچے ਦਾ ਪੋਰਸ਼ਨ ਵੀ ਤੁਸੀਂ ਦੇਖ ਹੀ ਲਿਆ ਹੋਊਗਾ ਜੀ ਤੇ ਇੱਕ ਵਾਰ ਫਿਰ ਤੋਂ ਕਹਿ ਦੇਣਾ ਜੀ ਮੈਂ ਜਿਹਨੇ ਤੁਸੀਂ ਦੇਖ ਰਹੇ ਹੋ ਚਾਹੇ ਕਿਸੇ ਵੀ ਏਰੀਆ ਚੋਂ ਤੁਹਾਡੇ ਕੋਲੇ ਕੋਠੀ ਮਕਾਨ ਘਰ ਹੋਵੇ ਆਪਣੇ ਕੋਲੇ ਭੇਜ ਦਿਓ ਬਸ ਐਡ ਆਪਾਂ ਜਲਦੀ ਤੁਹਾਡੀ ਲਗਾ ਦਾਂਗੇ ਬਿਲਕੁਲ ਫਰੀ ਦੇ ਵਿੱਚ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਉੱਪਰ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜਮ੍ਹਾਂ ਉੱਪਰ ਇੱਕ ਮੌਂਟੀ ਬਣੀ ਹੋਈ ਹੈ ਜੀ ਕਾਫੀ ਵੱਡੀ ਹੈ ਉਹ ਵੀ ਮੌਂਟੀ ਕਾਫੀ ਵੱਡੀ ਹੈ ਬਾਕੀ ਪੌੜੀਆਂ ਤੁਸੀਂ ਦੇਖ ਰਹੇ ਹੋ ਜੀ ਕਾਫੀ ਘੁਮ ਘੁਮਾ ਕੇ ਚੜਦੇ ਆਂ ਵੀਡੀਓ ਚ ਦਿਖ ਵੀ ਰਿਹਾ ਤੇ ਜਮਾ ਉੱਪਰ ਆਪਾਂ ਪਹੁੰਚ ਗਏ ਜਮਾ ਉੱਪਰ ਇਹਨਾਂ ਦੀ ਛੱਤ ਜੀ ਸਾਰੀ ਪੱਕੀ ਇਹਨਾਂ ਨੇ ਕਰਵਾਈ ਹੋਈ ਹੈ ਤੁਸੀਂ ਦੇਖੋ ਜੀ ਸਾਰੀ ਠੀਕ ਹੈ ਜੀ ਕਲਰ ਵਗੈਰਾ ਤੁਸੀਂ ਆਪੇ ਦੇਖ ਲਓ ਸਾਰੀ ਗੱਲਬਾਤ ਹੋ ਗਈ ਤੇ ਹੁਣ ਆਪਣੇ ਕੋਲ ਇੱਕ ਮਕਾਨ ਪਹੁੰਚਿਆ ਜੀ ਇਹਨਾਂ ਨੂੰ ਜਿਆਦਾ ਲੋੜ ਹੈ ਤਾਂ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਇਹਨਾਂ ਨੂੰ ਜਿਆਦਾ ਲੋੜ ਹੈ ਤਾਂ ਕਰਕੇ ਵੇਚਣਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਖਰੀਦਣਾ ਹੋਵੇ ਖਰੀਦ ਸਕਦੇ ਹੋ ਤੁਸੀਂ ਖਰੀਦੋਗੇ ਤੁਹਾਨੂੰ ਮਕਾਨ ਮਿਲ ਜਾਊਗਾ ਤੇ ਇਹਨਾਂ ਨੂੰ ਲੋੜ ਹੈ ਤੇ ਇਹਨਾਂ ਨੂੰ ਮਤਲਬ ਇਹਨਾਂ ਦੀ ਹੈਲਪ ਹੋ ਜੂਗੀ ਜੀ ਤੇ ਮਕਾਨ ਵਧੀਆ ਸਿਰਫ 2.5 ਲੱਖ ਰੇਟ 'ਚ ਆਪਣੇ ਕੋਲੇ ਇਹਨਾਂ ਨੇ ਭੇਜਿਆਗਾ 2.5 ਲੱਖ ਰੁਪਇਆ ਮੰਗ ਆਪਣੇ ਕੋਲੇ ਲਾਕੇ ਭੇਜੀ ਆ ਠੀਕ ਆ ਜੀ ਜਿਆਦਾ ਰੇਟ ਵੀ ਨਹੀਂ ਮੰਗਿਆ ਇਹਨਾਂ ਨੇ ਤੇ 3.33 ਮਰਲੇ ਸਾਰੀ ਜਗ੍ਹਾ ਕੀ ਜਗ੍ਹਾ ਜਿੰਨੀ ਵੀ ਹੈਗੀ ਆ ਭਲਾਡੇ ਏਰੀਆ 'ਚ ਆਪਣੇ ਕੋਲੇ ਆਹ ਮਕਾਨ ਪਹੁੰਚਿਆ 2.5 ਲੱਖ ਦੇ ਰੇਟ ਦੇ ਵਿੱਚ ਭਲਾਡੇ ਮਕਾਨ ਆ ਇਹਦੇ ਵਿੱਚ ਦੋ ਕਮਰੇ ਬਣੇ ਹੋਏ ਆ ਇੱਕ ਰਸੋਈ ਤੇ ਮੱਛੀ ਮੋਟਰ ਲੱਗੀ ਹੋਈ ਆ ਪੋੜੀਆਂ ਵਗੈਰਾ ਤੁਸੀਂ ਦੇਖ ਰਹੇ ਹੋ ਜੀ ਤੇ ਨੰਬਰ ਕਰ ਲਓ ਨੋਟ 8847518599 ਮਾਲਕ ਦਾ ਨੰਬਰ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ ਇਹਨਾਂ ਨੂੰ ਜੇ ਤੁਸੀਂ ਖਰੀਦਣਾ ਹੋਵੇ ਬਾਕੀ ਮਕਾਨ ਵਧੀਆਗਾ ਠੀਕ ਹੈ ਜੀ ਆਪਦੇ ਮਤਲਬ ਆਪਦੀ ਇੱਛਾ ਤਾਂ ਆਪਦੀ ਹੁੰਦੀ ਆ ਆਪਦਾ ਮਕਾਨ ਤਾਂ ਆਪਦਾ ਹੀ ਹੁੰਦਾ ਰੈਂਟ ਨਾਲੋਂ ਤਾਂ ਕਿਤੇ ਜ਼ਿਆਦਾ ਠੀਕ ਹੈ ਤੇ ਵੀਡੀਓ ਦੀ ਹੋ ਗਈ ਸਾਰੀ ਗੱਲਬਾਤ ਸਾਰੀਆਂ ਕੋਠੀਆਂ ਆਪਾਂ ਦੇਖ ਲਈਆਂ ਜੀ ਸਾਰੀਆਂ ਕੋਠੀਆਂ ਚੋਂ ਸਭ ਤੋਂ ਵੱਧ ਕੋਠੀ ਤੁਹਾਨੂੰ ਪਸੰਦ ਕਿਹੜੀ ਆਈ ਮੈਨੂੰ ਦੱਸਿਓ ਕਮੈਂਟ ਕਰਕੇ ਜ਼ਰੂਰ ਠੀਕ ਆ ਜੀ ਤੇ ਕਿਹੜੀ ਦਾ ਰੇਟ ਸਹੀ ਲੱਗਾ ਕਿਹੜੀ ਦਾ ਠੀਕ ਲੱਗਾ ਤੇ ਕਿਹੜੀ ਵਧੀਆ ਲੱਗੀ ਜ਼ਿਆਦਾ ਠੀਕ ਆ ਜੀ ਦੱਸਿਓ ਜ਼ਰੂਰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਬਾਕੀ ਤੁਹਾਡੀ ਹੈਲਪ ਕਰਕੇ ਆਪਾਂ ਚੈਨਲ ਬਣਾਇਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਨਾਲ ਜੁੜੇ ਹੋਇਓ ਉਸੀ ਵੀ ਸਾਰੇ ਆਪਣਾ ਪਰਿਵਾਰ ਹੋ ਸੀ ਆਪਣਾ ਪਰਿਵਾਰ ਕਾਫੀ ਵੱਡਾ ਹੋ ਗਿਆ ਤੇ ਚੈਨਲ ਵੀ ਕਾਫੀ ਵੱਡਾ ਹੋ ਗਿਆ ਤੁਹਾਡੇ ਸਦਕੇ ਹੋਇਆ ਸੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਮੈਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੀ ਬਾਕੀ ਤੁਹਾਡੇ ਕਰਕੇ ਜੀ ਸਾਰਾ ਕੁਝ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਡੇ ਸਦਕੇ ਸਾਰਾ ਕੁਝ ਤੇ ਜਿਹਨੇ ਤੁਸੀਂ ਦੇਖ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੁਹਾਡਾ ਸ਼ੁਕਰੀਆ ਚੈਨਲ ਨੂੰ ਤੁਸੀਂ ਦੇਖਿਆ ਵੀਡੀਓ ਨੂੰ ਦੇਖੀ ਜਿਨਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਤੁਸੀਂ ਚੈਨਲ ਤੇ ਆਏ ਜੀ। ਬਾਕੀ ਜਲਦੀ ਆਪਾਂ ਇੱਕ ਹੋਰ ਨਾਮੀ ਵੀਡੀਓ ਲੈ ਕੇ ਆਵਾਂਗੇ। ਇਸੇ ਤਰ੍ਹਾਂ ਦੀ ਕੋਠੀ ਤੇ ਮਕਾਨ ਨਾਲ ਮਕਾਨ ਦੇ ਨਾਲ ਸੀ ਤੇ ਆਪਣੇ ਕੋਲੇ ਬਹੁਤ ਸਾਰੀਆਂ ਕੋਠੀਆਂ ਪਹੁੰਚੀਆਂ ਹੋਈਆਂ ਜੀ ਅਲੱਗ-ਅਲੱਗ ਏਰੀਆ ਚੋਂ। ਠੀਕ ਹੈ ਜੀ, ਐਨ ਆਰ ਆਈ ਕੋਠੀਆਂ ਵੀ ਆਪਣੇ ਕੋਲੇ ਬਹੁਤ ਸਾਰੀਆਂ ਪਹੁੰਚੀਆਂ ਹੋਈਆਂ ਤੇ ਆਪਣੇ ਕੋਲੇ ਲੋਕਲ ਵੀ ਬਹੁਤ ਸਾਰੀਆਂ ਪਹੁੰਚੀਆਂ ਹੋਈਆਂ ਤੇ ਬਹੁਤ ਸੋਹਣੀਆਂ-ਸੋਹਣੀਆਂ ਕੋਠੀਆਂ ਆਪਾਂ ਤੁਹਾਨੂੰ ਦਿਖਾਵਾਂਗੇ। ਬਸ ਚੈਨਲ ਨਾਲ ਤੁਸੀਂ ਜੁੜ ਜੋ ਜੀ। ਬਾਕੀ ਮਿਲਦੇ ਆ ਜੀ ਜਲਦੀ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਕੋਠੀ ਮਕਾਨ ਦੇ ਨਾਲ ਇੱਕ ਵਾਰੀ ਫਿਰ ਤੋਂ ਕਹਿ ਦੇਣਾ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਬਿਲਕੁਲ ਫਰੀ ਦੇ ਵਿੱਚ ਆਪ ਐਡ ਕਰ ਦਮ ਬਸ ਆਪਣੇ ਕੋਲੇ ਭੇਜ ਦੇ ਕਰੋ ਐਡ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਆਪਣੇ ਆਪ ਚੈਨਲ ਤੇ ਲੱਗ ਜਾਵੇ ਜੀ